ਵਿੱਚ ਕੜਕਦੀ ਧੁੱਪ ਅਤੇ ਗਰਮੀ ਵਿੱਚ ਜਿੱਥੇ ਇੱਕ ਪਾਸੇ ਬਿਜਲੀ ਦੇ ਕੱਟ ਤੋਂ ਪਰੇਸ਼ਾਨ ਹਨ ਲੋਕ, ਉੱਥੇ ਹੀ ਦੂਜੇ ਪਾਸੇ ਮੋਗਾ ਦੇ ਲਾਲ ਸਿੰਘ ਰੋਡ ਦੇ ਨਿਵਾਸੀ ਪਿਛਲੇ 10 ਦਿਨ ਤੋਂ ਪਾਣੀ ਨਹੀਂ ਮਿਲ ਰਿਹਾ ਅਤੇ ਪਿਛਲੇ 2 ਮਹੀਨਿਆਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮੁਹੱਲੇ ਵਾਲਿਆਂ ਨੇ ਕਈ ਵਾਰ ਮੁਹੱਲੇ ਦੇ ਕੌਂਸਲਰ ਨੂੰ ਕਿਹਾ, ਪਰ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਿਆ। ਉਹੀ ਅੱਜ ਨਗਰ ਨਿਗਮ ਦੀ ਮੇਅਰ ਨੂੰ ਸ਼ਿਕਾਇਤ ਕਰਨ 'ਤੇ ਭੇਜਿਆ ਗਿਆ ਪਾਣੀ ਦਾ ਟੈਂਕਰ, ਜਿਸ ਨਾਲ ਮੁਹੱਲੇ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਪਾਣੀ ਦੀਆਂ ਬਾਲਟੀਆਂ ਆਪਣੇ ਘਰ ਲੈ ਕੇ ਜਾ ਰਹੀਆਂ ਹਨ। ਅਤੇ ਹੋਰ ਇਸ ਬਾਰੇ ਮੁਹੱਲੇ ਦੀ ਔਰਤਾਂ ਅਤੇ ਮੁਹੱਲੇ ਵਾਸੀਆਂ ਦੇ ਨਾਲ ਨਾਲ ਨਗਰ ਨਿਗਮ ਦੇ ਮੇਅਰ ਦਾ ਕੀ ਕਹਿਣਾ ਹੈ, ਤੁਸੀਂ ਆਪ ਸੁਣੋ। ਕਿਹੜੇ ਮੁਹੱਲੇ 'ਚ ਰਹਿੰਦੇ ਹੋ? ਲਾਲ ਸਿੰਘ ਰੋਡ। ਪਾਣੀ ਲੈ ਕੇ ਕਿਸ ਤਰ੍ਹਾਂ ਦੀ ਸਮੱਸਿਆ? ਪਾਣੀ ਕਾ ਬਹੁਤ ਬੁਰਾ ਹਾਲ ਹੈ, ਪਾਣੀ ਕਾ, ਪਾਣੀ ਬਿਜਲੀ ਦੋਨੋਂ ਕਾ ਬਹੁਤ ਬੁਰਾ ਹਾਲ ਹੈ। 10 ਦਿਨ ਸੇ ਜਮਾ ਪਾਣੀ ਨਹੀਂ ਆ ਰਹਾ ਹੈ। ਕੈਸੇ ਗੁਜ਼ਾਰਾ ਕੈਸੇ ਹੋਤਾ ਹੈ? ਕੋਈ ਏਜੰਸੀ ਸੇ ਬੋਲੇ ਥੇ ਜਾ ਕੇ ਗੱਡੀ ਭੇਜ ਰਹੇ ਹੈ, ਥੋੜ੍ਹਾ ਬਹੁਤ ਦੋ ਚਾਰ ਬੱਚੇ ਸਭ ਕੋ ਮਿਲ ਜਾਤਾ, ਥੋੜ੍ਹਾ ਥੋੜ੍ਹਾ ਸਾਰੀ ਗਲੀ ਮੇਂ ਕਾਮ ਚਲਤਾ ਹੈ। ਗੁਜ਼ਾਰਾ ਹੋ ਜਾਤਾ ਉਤਨੇ? ਉਤਨੇ ਮੇਂ ਕਿਆ ਗੁਜ਼ਾਰਾ ਹੋਗਾ, ਉਤਨੇ ਮੇਂ ਕਿਤਨਾ ਵੀ ਕਿ ਔਖਾ ਸਭ ਕਾ, ਚਲੋ ਪੀਨੇ ਪਾਣੀ ਕੇ ਲਈ ਹੋ ਜਾਤਾ ਸਰ। ਪਾਣੀ ਕਾ ਕਾਰਨ ਨਹੀਂ ਪਤਾ ਵੀ ਕਿਉਂ ਨਹੀਂ ਆ ਰਿਹਾ ਪਾਣੀ? ਜੋ ਏਜੰਸੀ ਕੇ ਪਾਸ ਜਾਓ ਕਹਤੇ ਹੈ ਕਿ ਵਹਾਂ ਪਰ ਮੋਟਰ ਖਰਾਬ ਹੈ, ये खराब है, ऐसे देखने तो जाते नहीं हैं, मोटर खराब है बोल देते हैं, बोलते चलो भाई मोटर। कितने दिन से नहीं आ रहा पानी? 10-12 दिन से नहीं आ रहा था। ਗੁਰਮੀਤ ਕੌਰ ਜੀ, ਕਿਹੜੇ ਮੁਹੱਲੇ ਰਹਿਣਾ ਹੈ? ਲਾਲ ਸਿੰਘ ਰੋਡ 6 ਨੰਬਰ ਗਲੀ। ਪਾਣੀ ਲੈ ਕੇ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ? ਬਸ ਇਹੋ ਟੈਂਕਰ ਵਾਲਾ ਪਾਣੀ ਵਰਤੀਦਾ ਜਾਂ ਆਂਡ ਗੁਆਂਡ ਭਰ ਲਈਦਾ ਥੋੜਾ ਬਹੁਤ ਪੀਣ ਵਾਸਤੇ। ਗਰਮੀ ਬਹੁਤ ਹੈ, ਕਿਵੇਂ ਸਰਦਾ ਇੰਨੇ? ਹਾਂਜੀ ਬਹੁਤ ਗਰਮੀ ਆ ਕਿ ਬੰਦੇ ਨਹਾਉਂਦੇ ਨਹੀਂ, ਕੰਮ ਤਾਂ ਆਉਂਦੇ ਰੰਗ ਦਾ ਕੰਮ ਕਰਕੇ ਮੂੰਹ ਹੱਥ ਧੋ ਕੇ ਪੈ ਜਾਂਦੇ। ਕਿਸੇ ਨੂੰ ਕਿਹਾ ਤੁਸੀਂ ਇਸ ਬਾਰੇ? ਹਾਂਜੀ MCL ਜਾਈਦਾ, ਉਹ ਕਿੰਨਾ ਮੋਟਰ ਬੈਠੀ ਆ। ਕਹਿਣੀ ਕਿ ਮੋਟਰ ਠੀਕ ਕਦੋਂ ਹੋਊਗੀ? ਕਹੀ ਦਵਾ ਕਹਿੰਦੇ ਹੋ ਜੂਗੀ, ਹੋ ਜੂਗੀ ਬਸ। ਕਿੰਨੇ ਦਿਨ ਤੋਂ ਇਹੀ ਹਾਲ? 10 ਦਿਨ ਹੋ ਗਏ। ਗੁਜ਼ਾਰਾ ਕਿਵੇਂ ਹੋ ਰਿਹਾ? ਗੁਜ਼ਾਰਾ ਬਸ ਇਹੋ ਹੀ ਤਰ੍ਹਾਂ, ਇਹਨਾਂ ਨੂੰ ਕਦੇ ਉੱਧਰ ਇੱਥੇ ਬੱਚੇ ਚਾਰ ਚਾਰ ਉਹਨਾਂ ਹੁੰਦੇ, ਕਿੱਥੇ ਕੋਰੋ ਨਵਾਈ ਦੇ, ਫਿਰ ਇਹਨੂੰ ਕੁੱਟੀ ਦਾ ਵੀ ਇੰਨਾ ਪਾਣੀ ਕਿੱਥੋਂ ਲੈ ਗਿਆ ਸੀ? ਸਾਡਾ ਦੋਵਾਂ ਨੂੰ ਸੱਸ ਦਾ ਆਪਰੇਸ਼ਨ ਹੋਇਆ ਅਤੇ ਉਹ ਬੱਚੇ ਪਾਣੀ ਢੋਂਦੇ ਆ, ਬਾਲਟੀਆਂ ਭਰ ਕੇ ਰੱਖ ਦੀਦੀਆਂ। ਕੀ ਨਾਮ ਹੈ ਮਾਤਾ ਜੀ? ਮਨਜੀਤ ਕੌਰ। ਮਨਜੀਤ ਕੌਰ ਜੀ, ਪਾਣੀ ਦੀ ਕੀ ਸਮੱਸਿਆ ਆ ਰਹੀ ਮੰਨੇ ਵਿੱਚ? ਬਹੁਤ ਜ਼ਿਆਦਾ ਪਾਣੀ, ਬਿਜਲੀ ਪਾਣੀ ਆਉਂਦਾ ਹੀ ਨਹੀਂ, ਆਉਂਦਾ ਹੀ ਨਹੀਂ ਪਾਣੀ। ਕਿੰਨੇ ਦਿਨ ਤੋਂ ਨਹੀਂ ਆ ਰਿਹਾ? 10 ਦਿਨ ਹੋ ਗਏ, ਪੂਰੇ 10 ਦਿਨ। 2 ਦਿਨ ਹੋ ਗਿਆ ਮੁੰਡਾ ਪਾਣੀ ਦੇ ਕੇ ਜਾਂਦਾ ਸਾਨੂੰ, ਉਹ ਵੀ ਅਸੀਂ ਜਾ ਕੇ MC ਕੋਲ ਬਹਿੰਦੇ ਰਹੇ ਤਾਂ ਦਿਲ ਵਿਚਾਰਾ ਲੈ ਕੇ ਆਉਂਦਾ ਪਾਣੀ। ਕਾਰਨ ਕੀ ਹੈ, ਕਿਉਂ ਨਹੀਂ ਆ ਰਿਹਾ ਪਾਣੀ? ਰੱਬ ਜਾਣੇ, ਹੁਣ ਆਪਾਂ ਨੂੰ ਕੀ ਪਤਾ, ਵਿਚਲੀ ਗੱਲ ਕਹਿ ਦਿੰਦੇ ਮੋਟਰ ਖਰਾਬ ਆ, ਕਿਤੇ ਕਹਿ ਦਿੰਦੇ ਆ ਵੀ ਇੱਧਰਲੀ ਖਰਾਬ ਆ, ਕਿਤੇ ਇੱਧਰਲੀ ਖਰਾਬ ਆ। ਕੋਈ ਨੀ, ਪਾਣੀ ਦਾ ਹੱਲ ਕਰਦੇ, ਟੈਂਕਰ ਭੇਜਦੇ ਆ, ਤੁਹਾਡੀ ਗਲੀ ਗਲੀ ਚ ਪਾਣੀ ਵੰਡਿਆ ਹੋਊਗਾ। ਲਾਲ ਸਿੰਘ ਰੋਡ, ਬਸਤੀ ਸਾਧਾਂ ਵਾਲੀ, ਪਾਠਸਿਕ ਏਰੀਆ। ਪਿਛਲੇ 2.5-3 ਮਹੀਨੇ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ, ਪਰ ਇਹਦਾ ਨਗਰ ਨਿਗਮ ਵੱਲ ਇਹਦਾ ਕਿਸੇ ਦਾ ਕੋਈ ਧਿਆਨ ਨਹੀਂ? ਨਗਰ ਨਿਗਮ ਨਹੀਂ ਸਰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਅਸੀਂ ਧਿਆਨ ਨਹੀਂ ਦੇ ਰਹੇ। ਜਿਹੜੀ ਤੁਸੀਂ ਲਾਲ ਸਿੰਘ ਰੋਡ ਦੀ ਗੱਲ ਕਰ ਰਹੇ ਹੋ, ਉਹ ਜਸਟ ਮੈਨੂੰ ਇਨਫੋਰਮੇਸ਼ਨ ਉਹਦੇ ਬਾਰੇ ਕੱਲ੍ਹ ਹੀ ਮਿਲੀ ਹੈ ਕਿ ਉੱਥੇ ਪਾਣੀ ਦੀ ਪ੍ਰੋਬਲਮ ਚੱਲ ਰਹੀ ਹੈ, ਮੋਟਰ ਖਰਾਬ ਹੋ ਗਈ ਹੈ, ਅਤੇ ਮੈਂ ਉਸੇ ਟਾਈਮ ਹੀ ਮੈਸੇਜ ਕਰਕੇ ਅਤੇ ਅੱਜ ਅਸੀਂ ਉੱਥੇ ਪਾਣੀ ਦਾ ਟੈਂਕ ਵੀ ਭਿਜਵਾਇਆ। ਜਿਹੜੀ ਮੋਟਰ ਹੈ ਉਹਨਾਂ ਨੇ ਰਿਪੇਅਰ ਕੀਤੀ ਹੋਈ ਪਹਿਲਾਂ ਲਗਾਈ ਸੀ ਸਰ, ਉਸ ਤੋਂ ਬਾਅਦ ਫਿਰ ਦੁਬਾਰਾ ਪ੍ਰੋਬਲਮ ਆ ਗਈ। ਹੁਣ ਅਸੀਂ ਕੀ ਕੀਤਾ, ਨਵੀਂ ਉਹਦੇ 'ਚ ਲਗਾਈ ਹੈ ਮੋਟਰ, ਅਤੇ ਹੋਪ ਹੈ ਮੈਨੂੰ ਕਿ ਇਹ ਪ੍ਰੋਬਲਮ ਹੁਣ ਦੁਬਾਰਾ ਨਹੀਂ ਆਏਗੀ। ਮੇਰੇ ਸਾਹਿਬ ਮੋਟਰ ਜਿਹੜੀ 3 ਦਿਨਾਂ ਤੋਂ ਸੜੀ ਹੋਈ ਹੈਗੀ ਹੈ, ਪਰ ਅੱਜ ਅਸੀਂ ਉੱਥੇ ਪਤਾ ਕੀਤਾ, ਕਹਿੰਦੇ ਜੀ ਮੋਟਰ ਨਹੀਂ ਸੜੀ ਹੈ, ਵੈਸੀ ਸ਼ੋਰਟ ਸਰਕਟ ਹੋਇਆ ਸੀ, ਪਰ ਉਹਨਾਂ ਨੇ ਉੱਥੇ ਦੇ ਉੱਥੇ ਫਿਰ ਬੰਦ ਕਰ ਦਿੱਤੀ ਗਈ ਜੀ। ਨਹੀਂ ਸਰ, ਸਾਡੇ ਹੁਣੇ ਹੀ ਜਿਹੜੇ ਇੰਪਲੋਈ ਹੈ ਰਿਪੇਅਰ ਕਰਨ ਲਈ ਉਹ ਜਾ ਚੁੱਕੇ ਹੋਏ ਹੈ, ਅਤੇ ਉਹ ਹੁਣ ਨਵੀਂ ਮੋਟਰ ਹੀ ਪਾਉਣ ਲੱਗੇ ਆ ਉਹਦੇ ਵਿੱਚ, ਅਤੇ ਮੈਨੂੰ ਹੋਪ ਹੈ ਵੀ ਇਹ ਸ਼ਾਮ ਤੱਕ ਤੁਹਾਡੀ ਇਹ ਪ੍ਰੋਬਲਮ ਸੋਲਵ ਹੋ ਜਾਏਗੀ।